ਸ਼ਿਕਾਰ ਜੀ ਤੇ ਜੱਤ ਲਮੰਡੀ ਵਾਲਾ ਗੀਤਕਾਰ ਜੀ ਹੋਰ ਬਾਈ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਬਾਈ ਜੀ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਾਂ ਤੁਸੀਂ ਉਸਤਾਦ ਜੀ ਬਾਰੇ ਕੋਈ ਨਾਵਲ ਛਾਪਦੇ ਹੋ ਚਮਕੀਲਾ ਜੀ ਬਾਰੇ ਅਮਰਜੋਤ ਜੀ ਬਾਰੇ ਜਾਂ ਕੁਝ ਲਿਖਣ ਦੀ ਕੋਸ਼ਿਸ਼ ਕਰਦੇ ਹੋ ਬਹੁਤ ਖੁਸ਼ੀ ਹੁੰਦੀ ਮਨ ਨੂੰ ਜਾਂ ਕਹਿੰਦਾ ਸਾਡੇ ਆਪਣੇ ਗੁਰਾਂ ਦੀ ਕੋਈ ਗੱਲ ਕਰੇ ਕਹਿੰਦਾ ਜਦ ਕੋਈ ਛੇੜੇ ਬਾਣੀ ਧੁਰ ਕੀ ਜਾਂ ਕੋਈ ਗੱਲ ਕਰੇ ਮੇਰੇ ਗੁਰ ਕੀ ਜਾਂ ਕੋਈ ਗੱਲ ਕਰੇ ਮੇਰੇ ਗੁਰ ਕੀ ਮੇਰਾ ਖਿੜ ਜਾਂਦਾ ਲੂ ਨੂੰ ਤੂੰ ਹੀ ਤੂੰ 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 ਜਦੋਂ ਸਾਡੇ ਗੁਰੂ ਦੀ ਕੋਈ ਗੱਲ ਕਰਦਾ ਤਾਂ ਸਾਨੂੰ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਮੈਂ ਜੀ ਹਰ ਸਾਲ ਪਹਿਲੀ ਵਾਰ 1998 ਤੇ ਹਾਂਜੀ ਮੈਡਮ ਮੌਸਮੀ ਸ਼ਾਲੂ ਜੀ ਜਿਨ੍ਹਾਂ ਨੇ ਸਮਾਧ ਤੇ ਉਸਤਾਦ ਜੀ ਨੂੰ ਪੱਗ ਦਿੱਤੀ ਸੀ ਸ਼ਿੰਦਾ ਜੀ ਦੀ ਮੌਜੂਦਗੀ 'ਚ ਅਤੇ ਸਭ ਤੋਂ ਵੱਡੀ ਗੱਲ ਜੀ ਸਰਾਧ ਸਾਡੇ ਘਰੇ ਹੁੰਦਾ ਚਮਕੀਲਾ ਜੀ ਦਾ ਜੀ ਸਰਾਧ ਕਰਦੇ ਹਾਂ ਜੀ ਅਸੀਂ ਹਰ ਸਾਲ ਕੋਈ ਹੋ ਗਏ ਨੇ 25 ਸਾਲ ਉਹਨਾਂ ਦਾ ਸਰਾਧ ਕਰਦੇ ਹਾਂ ਅੱਜ ਵੀ ਉਹਨਾਂ ਦੀ ਰੋਟੀ ਬਣਾ ਕੇ ਭੋਗ ਲਵਾ ਕੇ ਫਿਰ ਆਏ ਹਾਂ ਅਤੇ ਉਸਤਾਦ ਜੀ ਦੀਆਂ ਯਾਦਾਂ ਬਹੁਤ ਜੁੜੀਆਂ ਹੋਈਆਂ ਨੇ ਅਤੇ ਮੈਂ ਜੱਟ ਕੌਮ ਨਾਲ ਸੰਬੰਧਿਤ ਕਰਦਾ ਮੈਂ ਇੱਕ ਗੱਲ ਮਾਣ ਨਾ ਕਹਿਣਾ ਵੀ ਧੰਨੇ ਭਗਤ ਨੇ ਪੱਥਰ 'ਚੋਂ ਰੱਬ ਕੱਢਿਆ ਮੇਰੇ ਕੋਲ ਤੁਹਾਡੀ ਬੜੀ ਸਮਾਧ ਆ ਮੈਂ ਤਾਂ ਹਾਜ਼ਰ ਕਰ ਲਿਆ ਮੈਂ ਜੀ ਚਮਕੀਲਾ ਜੀ ਨੂੰ ਜਦੋਂ ਕਿਤੇ ਸਟੇਜ 'ਤੇ ਜਾਂਦੇ ਹਾਂ ਪ੍ਰੋਗਰਾਮ 'ਤੇ ਤੇਜਾ ਜੀ ਤੁਹਾਡੇ ਪਿੰਡ ਵੀ ਮੈਂ ਕਈ ਖਾੜੇ ਲਾ ਚੁੱਕਿਆ ਤਲਵੰਡੀ ਢੇਰ ਵਾਲੇ ਬਾਬੇ ਦੇ ਅਤੇ ਜਿੱਥੇ ਵੀ ਜਾਈਦਾ ਸਭ ਤੋਂ ਪਹਿਲਾਂ ਲੋਕ ਕਈ ਨਜ਼ਰ ਨਾਲ ਦੇਖਦੇ ਨੇ ਸਾਨੂੰ ਵੀ ਤੁਸੀਂ ਉਹਨਾਂ ਦੇ ਸ਼ਿਖਰ ਤੋਂ ਉਹਨਾਂ ਦੀ ਦੁੱਗਰੀ ਧਰਤੀ ਤੋਂ ਆਏ ਹੋ ਅਤੇ ਕੁਛ ਉਹਨਾਂ ਬਾਰੇ ਸੁਣਾਓ ਸਾਨੂੰ ਆਪਣੇ ਗੀਤਾਂ ਤੋਂ ਵੱਧ ਉਹਨਾਂ ਦੇ ਗੀਤ ਗਾ ਕੇ ਸਕੂਨ ਆਉਂਦਾ ਅਸੀਂ ਆਪਣੇ ਗੀਤ ਸਾਡੇ ਹਿੱਟ ਵੀ ਹੋ ਗਏ ਚੱਲ ਵੀ ਗਏ ਮਾਰਕੀਟ 'ਚ ਐਡਾਂ ਵੀ ਇੰਨੀਆਂ ਕਰ ਲਈਆਂ ਅਤੇ ਹੋਰ ਕਲਾਕਾਰਾਂ ਨੇ ਵੀ ਹਰ ਇੱਕ ਕਲਾਕਾਰ ਦੇ ਗੀਤ ਦੀ 2 ਸਾਲ ਮਨਿਆਦ ਹੁੰਦੀ ਆ ਪਰ ਅਮਰ ਸਿੰਘ ਚਮਕੀਲਾ ਜੀ ਦੇ ਅਮਰਜੋਤ ਦੇ ਗੀਤਾਂ ਦੀ ਮਨਿਆਦ ਇੰਨੀ ਲੰਬੀ ਹੋ ਗਈ ਵੀ ਜਿੰਨੀ ਕਿਤੇ ਦੁਨੀਆ ਰਹੂਗੀ ਇੰਨੀ ਮਨਿਆਦ ਕਈ ਵਾਰ ਖੁਸ਼ੀ ਇਹ ਹੁੰਦੀ ਹੈ ਵੀ ਛੋਟੇ ਛੋਟੇ ਬੱਚੇ ਨੇ ਜਿਹੜੇ ਜਿਨ੍ਹਾਂ ਨੇ ਉਹਨੂੰ ਸੁਣਿਆ ਨਹੀਂ ਉਹਨੇ ਨੂੰ ਦੇਖਿਆ ਨਹੀਂ ਹੁਣ ਸੁਣ ਰਹੇ ਨੇ ਟਕਸਤਾ 'ਚੋਂ ਲੈ ਵੀ ਨਹੀਂ ਸੁਣਿਆ ਅਤੇ ਉਹ ਛੋਟੇ ਛੋਟੇ ਬੱਚੇ ਆ ਕੇ ਸਾਨੂੰ ਡਿਮਾਂਡ ਕਰਦੇ ਨੇ ਅੰਕਲ ਜੀ ਚਮਕੀਲੇ ਦਾ ਗਾਣਾ ਕੁਛ ਸੁਣਾ ਦਿਓ ਅਤੇ ਸਾਨੂੰ ਹੋਰ ਖੁਸ਼ੀ ਹੁੰਦੀ ਹੈ ਆਹ 17 ਤਰੀਕ ਨੂੰ ਵਿਆਹ 'ਤੇ ਗਏ ਵਿਆਹ ਦੇ ਵਿੱਚ ਵੀ ਤੋਕੀ ਜ਼ੋਰ ਗਰੀਬਾਂ ਦਾ ਗੀਤ ਸੁਣਿਆ ਗਿਆ ਵਿਚੋਲਾ ਕਹਿੰਦਾ ਯਾਰ ਮੇਰਾ ਗੀਤ ਸੁਣਾ ਦੇ ਮਾਂ ਕਿਹੜਾ ਯਾਰ ਕਹਿੰਦਾ ਚਮਕੀਲਾ ਜੀ ਨੇ ਗਾਇਆ ਸੀ ਕੰਮ ਫਿੱਟ ਵਿਚੋਲੇ ਦਾ ਅਤੇ ਮੈਂ ਗਾਇਆ ਜੀ ਸਾਰਾ ਵਿਆਹ ਨੱਚਦਾ ਸੀ ਅਤੇ ਇਹ ਗੱਲਾਂ ਨੇ ਵੀ ਚਮਕੀਲਾ ਜੀ ਅਤੇ ਅਸੀਂ ਸਾਡਾ ਰੋਮ ਰੋਮ ਕਰਜਾਈ ਹੈ ਅਸੀਂ ਸਾਰੀ ਜ਼ਿੰਦਗੀ ਉਹਨਾਂ ਦਾ ਕਰਜ਼ਾ ਨਹੀਂ ਦੇ ਸਕਦੇ ਇੱਕ ਮਹਾਨ ਕਲਾਕਾਰ ਨੇ ਬੜੇ ਬੜੇ ਸਟਾਰ ਕਲਾਕਾਰ ਜਿੰਨੇ ਵੀ ਆਏ ਅਤੇ ਗਏ ਨਾਲ ਹੀ ਭੁੱਲ ਜਾਂਦੇ ਨੇ ਲੋਕ ਸਭ ਤੋਂ ਵੱਡੀ ਗੱਲ ਮੇਲਾ 3 ਸਾਲ ਤੋਂ ਵੱਧ ਕਿਸੇ ਕਲਾਕਾਰ ਦਾ ਨਹੀਂ ਹੋਇਆ ਜੀ ਅੱਜ 33ਵੇਂ ਮੇਲੇ ਦੀ ਮੈਂ ਤੁਹਾਨੂੰ ਵਧਾਈ ਦਿੰਦਾ ਬੀਬੀ ਗੁਰਮੇਲ ਕੌਰ ਜੀ ਜਿਨ੍ਹਾਂ ਨੇ ਆਪਣਾ ਵੀੜਾ ਚੁੱਕਿਆ ਹੋਇਆ ਹਮੇਸ਼ਾ ਬਾਈ ਤੇਜਾ ਤਲਵੰਡੀ ਬਾਈ ਬਿਰਦੀ ਜੀ ਅਤੇ ਹੋਰ ਬਹੁਤ ਸਾਰੇ ਸਾਡੇ ਬਾਈ ਕਿੱਕਰ ਡਾਲੇ ਵਾਲਾ ਸਭ ਤੋਂ ਸੀਨੀਅਰ ਸਾਡੇ ਗੁਰੂ ਉਸਤਾਦ ਜੀ ਦੇ ਸ਼ਗਿਰਦ ਨੇ ਚਮਕ ਚਮਕੀਲਾ ਜੀ ਮਣੀ ਜੀ ਸਾਰੇ ਆਪਦੇ ਸਹਿਯੋਗ ਨਾਲ ਹਰ ਗੀਤਕਾਰਾਂ ਦੇ ਗਾਇਕਾਂ ਦੇ ਬਾਹਰਲੇ NRI ਵੀਰਾਂ ਦੇ ਸਹਿਯੋਗ ਨਾਲ ਸਾਡੀ ਭੈਣ ਜੀ ਰਾਜੂ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੀ ਬੇਟੀ ਦੇ ਸਹਿਯੋਗ ਨਾਲ ਇਹ ਮੇਲਾ ਸਿਰੇ ਚੜਦਾ ਅਤੇ ਜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਦੱਸਦਾ ਵੀ ਮੇਰੇ ਹਿੱਸੇ ਬਹੁਤ ਵੱਡੀ ਖੁਸ਼ੀ ਆਈ ਹੈ ਵੀ ਉਸਤਾਦ ਜੀ ਦੀ ਬੇਟੀ ਅਮਨ ਦਾ ਵਿਚੋਲਾ ਮੈਂ ਹਾਂ ਉਹਨਾਂ ਦੀ ਬੇਟੀ ਦਾ ਰਿਸ਼ਤਾ ਮੈਂ ਕਰਵਾਇਆ ਪਿੰਡ ਗੋਪਾ ਰਾਮੇ ਜਿਹਨੂੰ ਤੁਸੀਂ ਅਸੀਂ ਤਾਂ ਪਿੰਕਾ ਕਹਿੰਦੇ ਹਾਂ ਮੇਰਾ ਛੋਟਾ ਭਾਈ ਆ ਉਹਦਾ ਰਿਸ਼ਤਾ ਮੈਂ ਕਰਵਾਇਆ ਵਿਚੋਲਾ ਜੀ ਉਹਨਾਂ ਦਾ ਬਾਕੀ ਹੋਰ ਪਰਿਵਾਰ ਨਾਲ ਬਹੁਤ ਪੁਰਾਣੇ ਜੁੜੇ ਹਾਂ ਉਸਤਾਦ ਜੀ ਦੀ ਭੈਣ ਦੇ ਪਿੰਡ ਗਾਉਣ ਦਾ ਮੌਕਾ ਮਿਲਿਆ ਉਸਤਾਦ ਜੀ ਦੇ ਸਹੁਰੀ ਨੰਗਲਾ ਗਾਉਣ ਦਾ ਮੌਕਾ ਮਿਲਿਆ ਇਹ ਪਰਿਵਾਰ ਮੈਨੂੰ ਫਾਰਵਰਡ ਕਰ ਦਿੰਦਾ ਵੀ ਇਹਨੂੰ ਸੁਣ ਲਾਓ ਬਹੁਤ ਬਾਈ ਜੀ ਤੁਸੀਂ ਬਾਈ ਜੀ ਦੇ ਅਖਾੜੇ ਦੇਖੇ ਲਾਈਵ ਮੈਂ ਜੀ ਬਹੁਤ ਅਖਾੜੇ ਚਮਕੀਲਾ ਜੀ ਦੇ ਲਾਈਵ ਸੁਣੇ ਹਾਂਜੀ ਸਭ ਤੋਂ ਪਹਿਲਾ ਅਖਾੜਾ ਉਹਨਾਂ ਦਾ ਮੈਂ 1985 ਦੇ ਵਿੱਚ ਪਿੰਡ ਪੜੌਦੀ ਸਮਰਾਲੇ ਕੋਲ ਸੁਣਿਆ ਪਿਆਜੀ ਰੰਗ ਦਾ ਕੁੜਤਾ ਪਾਇਆ ਹੋਇਆ ਬਰਾਤ ਦੇ ਵਿੱਚ ਪਹਿਲਾਂ ਖੜਾ ਮੈਂ ਜੀ 6ਵੀਂ 7ਵੀਂ 'ਚ ਪੜ੍ਹਦਾ ਸੀ ਸਾਈਕਲ ਹੁੰਦਾ ਸੀ ਮੇਰੇ ਕੋਲ ਮੈਂ ਸਕੂਲੋਂ ਬੰਕ ਮਾਰ ਕੇ ਖੜਾ ਸੁਣਨ ਚਲ ਜਾਂਦਾ ਸੀ ਪਿੰਡ ਗੜੀ ਤਰਖਾਣਾ ਮੇਰੇ ਲਾਗੇ ਪੈਂਦਾ ਸਮਰਾਲੇ ਦੇ ਉੱਥੇ ਖੜਾ ਸੁਣਿਆ ਉਹਨਾਂ ਦਾ ਪਿੰਡ ਹਰਿਓਂ ਕਲਾਂ ਸੁਰਿੰਦਰ ਸ਼ਿੰਦਾ ਜੀ ਲੈ ਕੇ ਗਏ ਸੀ ਇਹਨਾਂ ਨੂੰ ਸਾਈਡ 'ਤੇ ਕਿਉਂਕਿ ਸ਼ਿੰਦਾ ਜੀ ਦੇ ਅਖਾੜੇ ਬਹੁਤ ਹੁੰਦੇ ਸੀ ਇਹਨਾਂ ਦੀ ਕੋਈ ਕੈਸਟ ਨਹੀਂ ਆਈ ਸੀ ਕਹਿੰਦਾ ਵੀ ਮੈਂ ਅਖਾੜੇ 'ਤੇ ਜਾਣਾ ਗਾ ਕਿਉਂਕਿ ਸ਼ਿੰਦਾ ਜੀ ਨਾ ਅਮਰਜੀਤ ਗੜੀ ਤੋਂ ਹੁੰਦਾ ਸੀ ਉਹ ਕਹਿੰਦਾ ਵੀ ਮੈਂ ਜਾਣਾ ਆਹ ਮੁੰਡੇ ਨੂੰ ਸੁਣਿਓ ਨਾ ਮਾਂ ਤੁਸੀਂ ਮੇਰੇ ਤੋਂ ਬਾਅਦ ਚਮਕੀਲਾ ਜੀ ਨੂੰ ਸੁਣਿਓ ਅਤੇ ਉਹ ਘੰਟਾ ਜਾ ਕੇ ਲਾ ਕੇ ਸ਼ਿੰਦਾ ਜੀ ਮੇਰੇ ਦਾਦਾ ਉਸਤਾਦ ਨੇ ਸਟੇਜ 'ਤੇ ਵੀ ਬੋਲਦੇ ਨੇ ਉਹ ਚਲੇ ਗਏ ਗਾ ਕੇ ਬਾਅਦ 'ਚ ਚਮਕੀਲਾ ਜੀ ਨੇ 3 ਘੰਟੇ ਰੰਗ ਬੋਲਿਆ ਉਹ ਕਹਿੰਦੇ ਯਾਰ ਅਸੀਂ ਤਾਂ ਤੇਰੇ ਉਸਤਾਦ ਨੂੰ ਵੀ ਭੁੱਲ ਗਏ ਇਹ ਗੱਲਾਂ ਨੇ ਵੀ ਜੇ ਇੱਕ ਹੀ ਚੇਲਾ ਹੋਇਆ ਵੀ ਜਿਹਨੇ ਉਸਤਾਦ ਨੂੰ ਪਾਰ ਕੀਤਾ ਨਹੀਂ ਚੇਲੇ 'ਚ ਨਵਾਬ ਬਾਪ ਹੀ ਹੁੰਦਾ ਪੁੱਤ ਪੁੱਤ ਹੀ ਹੁੰਦਾ ਇੱਕ ਹੀ ਦੁਨੀਆ ਦਾ ਐਸਾ ਸਟਾਰ ਇਕੱਠਾ ਕਰ ਸਕਦਾ ਦੁੱਗਰੀ ਦੀ ਧਰਤੀ ਨੂੰ ਭਾਗ ਲਾ ਤਾ ਅਤੇ ਅਸੀਂ ਜੇ ਕਿਤੇ ਜਾਂਦੇ ਹਾਂ ਬਲਕਾਰ ਬਾਈ ਨਖੀਲੇ ਦੇ ਪਿੰਡ ਗਿਆ ਮੇਲੇ 'ਤੇ ਮੈਂ ਪ੍ਰੋਗਰਾਮ ਸ਼ੁਰੂ ਕਰਨ ਲੱਗਿਆ 10 ਦਸੰਬਰ ਨੂੰ ਅਤੇ ਉਹ ਕਹਿੰਦਾ ਯਾਰ ਮੱਥਾ ਟੇਕੋ ਚਮਕੀਲੇ ਦੀ ਧਰਤੀ ਤੋਂ ਆਇਆ ਸਾਰੇ ਪਿੰਡ ਨੂੰ ਕਹਿੰਦਾ ਇਹ ਗੱਲਾਂ ਨੇ ਵੀ ਚਮਕੀਲਾ ਜੀ ਨੂੰ ਤਾਂ ਦੁਨੀਆ ਮੱਥਾ ਟੇਕਦੀ ਹੈ ਜਦੋਂ ਉਹਨਾਂ ਦੀ ਧਰਤੀ ਤੋਂ ਜਾਂਦਾ ਦੁਨੀਆ ਉਹਨਾਂ ਨੂੰ ਵੀ ਮੱਥਾ ਟੇਕਦੀ ਹੈ ਬਾਈ ਜੀ ਕੋਈ ਗੀਤ ਸਾਂਝਾ ਕਰਦੇ ਉਹਨਾਂ ਯਾਦ ਦੇ ਵਿੱਚ ਦੇਖ ਡੋਰੀਆ ਕਰ ਲਓ ਬਾਈ ਜੀ ਆਉਂਦੀ ਅਸਾਂ ਦੇ ਕਿਹੜਾ ਗੀਤ ਗਾਏਂਗੇ ਦੱਸ ਦੇਖੋ ਜੀ ਮੇਰੇ ਨਾਲ ਪਹਿਲਾਂ ਮੈਡਮ ਮੌਸਮੀ ਸ਼ਾਲੂ ਨੇ
18 साल मेरा साथ दिता, असी कठिया ने गाया। चार बार मैं अवार्ड मिलया जी, अमर सिंह चमकीला अवार्ड। पहला अवार्ड 2003 पिंड खिलरिया तो विरोधी कारना, दूजा अवार्ड बाबा शिंदा कलंदर जी तो गोल्ड मैडल ना, तीजा अवार्ड पिंड बुरकड़ा जिला संगरूर तो अमर सिंह चमकीला अवार्ड, चौथा अवार्ड हुशियारपुर जिले तो पिंड न्याड़े तो। शालू जी बहुत ज़्यादा तैयारी सी गीता की, हुण मेरा साथ मैडम मेहंदी विराट दे रहे थे। साडा नवा ट्रैक भी आ रहा, दो ट्रैक आ रहे जी। लाओ जी मैडम, कहती मेरा फेवरेट गीत है चीजा लखा मिलना, कहती मैनू अपना फेवरेट सताई अंतर सुना दो बी। उस्ताद जी कहते होंगे भी एक यहोजा रिश्ता जीजे साली का जिदे मजाक चलता है, जो घर वाला भी सुन लवे माड़ा जाता भी वो कल टेढ़ा कर लगा, कहते होंगे जी स्टेज पर भी चल कोई नहीं, चल साली कर लेते मजाक कि जीजा वे तैनू लचका पै गया साली दा, जीजा वे तैनू बेजा कच्चिया दिलां दिया पैड़िया कानू प्यार तोड़ना चाड़िया, वे मैं मर गई हिजर विच हड़ गई काले जा कट के लै गया, वे व्याह करवा के व्याह करवा के हाण ते आमणू वी रह गया, वे व्याह करवा के रन आ गई नवीन पूरी चंदने चन दिन हड़ों गोरी, रन आ गई नवीन पूरी हलने चन दिन हड़ों गोरी, फुल गुलाबी नहनी शराबी तम फिट बचोले दा, वेख डोरिया वेख डोरिया उठदा हानने लाल पटोले दा, वेख डोरिया। बहुत मैडम जी बहुत टाइम नहीं पहला कम बैलिया ने बैल खटने, नी दूजा कम बूसला ने डट पटने, तीजा कम लैनी आप मुल की लड़ाई कोई आण के माई का लाल टक्करे, नी तेरे दर से हो दर से बुला मुंडा बकरे, नी तेरे दर से तेरिया दुखा च जावा वेली बनदा शाली जो देख ला शरीर छणदा, तेरिया दुखा च जावा वेली बनदा शाली जो देख ला शरीर छणदा, वो सुरवा शराब भी रज गई हड्डा च एक होर पैर डोडिया दुला लिया, नी साले नशिया ने आओ गुंदवा शरीर मेरा खा लिया, नी साले नशिया ने जी ने छे पैरे लिखित गीत जोड़ा पैरा रिकॉर्ड नहीं होया पहले लड़कारे वाला जोड़ा बिल्कुल किसी ने भी नहीं सुने अज तक तो सुना लग गया, जो तो शाम जी टले तो पौन बजती नी फिर मैं फुल शराबिया लगती, जदों शाम जी चले तो पौन बजती नी फिर मैं फुल शराबिया लगती, नी छड़ के गलासी कजदी एक सुलफा शराब भीम सोनी नी जट दे हटा च रच गई, सुलफा शराब भीम सोनी नी जट दे हटा च रच गई। बहुत बहुत धन्यवाद जिन्होंने मैनू इस चैनल से अपने इन्ना मौका दिता।